ਬਹਿਬਲ ਕਲਾਂ ਕਾਂਡ ਨੂੰ ਲੈ ਕੇ ਨਵੇਂ ਨਵੇਂ ਖੁਲਾਸੇ ਸਾਹਮਣੇ ਆ ਰਹੇ ਨੇ। ਕਾਂਗਰਸੀ ਮੰਤਰੀਆਂ ਦੇ ਮੂੰਹ ਤੋਂ ਮਖੌਟੇ ਰਹਿ ਰਹੇ ਨੇ, ਪਰ ਦੂਜੇ ਪਾਸੇ ਸਿਆਸੀ ਡਰਾਮੇ ਤਹਿਤ ਬਹਿਬਲ ਕਲਾਂ ਗੋਲੀਕਾਂਡ ਵਿੱਚ ਸ਼ਹੀਦ ਹੋਏ ਕਿਸ਼ਨ ਭਗਵਾਨ ਸਿੰਘ ਦਾ ਆਦਮ ਕੱਦ ਬੁੱਤ ਪਿੰਡ ਨਿਆਮੀ ਵਾਲਾ ਵਿਖੇ ਲਗਾਇਆ ਗਿਆ। ਇਸ ਮੌਕੇ ਕਾਂਗਰਸੀ ਵਿਧਾਇਕ ਦਾ ਮਕਾਰਪਣਾ ਤੇ ਸਿਆਸੀ ਚਾਲ ਖੁੱਲ੍ਹ ਕੇ ਸਾਹਮਣੇ ਆਈ, ਜਦੋਂ ਇਸ ਮੌਕੇ ਸ਼ਹੀਦ ਪਰਿਵਾਰ ਗੈਰ ਹਾਜ਼ਰ ਰਿਹਾ। ਹਾਲਾਂਕਿ ਸਿੱਖ ਸੰਘ ਦੇ ਅੱਖੀ ਘੱਟਾ ਪਾਉਣ ਲਈ ਸ਼ਹੀਦ ਦੀ ਮਾਤਾ ਜਸਪਾਲ ਕੌਰ ਅਤੇ ਭਰਾ ਰੇਸ਼ਮ ਸਿੰਘ ਨੂੰ ਸੱਦਿਆ ਗਿਆ, ਜਦੋਂ ਕਿ ਸ਼ਹੀਦ ਦਾ ਪੁੱਤਰ ਭਾਈ ਸੁਖਰਾਜ ਸਿੰਘ ਗੈਰ ਹਾਜ਼ਰ ਰਿਹਾ। ਮੁੱਖ ਪਰਿਵਾਰ ਦੀ ਗੈਰਹਾਜ਼ਰੀ ਵਿੱਚ ਇਹ ਸਥਾਪਿਤ ਕੀਤਾ ਗਿਆ। ਇਸ ਮੌਕੇ ਸ਼ਹੀਦ ਦਾ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਅਤੇ ਉਸਦੇ ਪਰਿਵਾਰਕ ਮੈਂਬਰ ਗੈਰਹਾਜ਼ਰ ਰਹੇ। ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਸੁਖਰਾਜ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਦੀ ਸ਼ਹੀਦੀ 'ਤੇ ਸਿਆਸਤ ਹੋ ਰਹੀ ਹੈ। ਉਹਨਾਂ ਕਿਸੇ ਖਿਲਾਫ਼ ਬੋਲਣ ਦੀ ਬਜਾਏ ਸਿਰਫ ਇੰਨਾ ਹੀ ਕਿਹਾ ਕਿ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ ਨਾਲ ਹੀ ਉਹਨਾਂ ਨੂੰ ਅਸਲ ਇਨਸਾਫ਼ ਮਿਲੇਗਾ। ਬਿਊਰੋ ਰਿਪੋਰਟ, ਆਵਾਜ਼ ਜੁਗਮ ਟੀਵੀ।